ਇੱਕ ਔਰਤ ਉੱਤਰ ਪ੍ਰਦੇਸ਼ ਦੇ ਵਿੱਚ ਉਸਨੇ 110 ਲੱਖ ਰੁਪਏ ਜਿਹੜੇ ਹੈ ਜੋੜੇ ਸੀਗੇ ਆਪਣੀ ਬੇਟੀ ਦੇ ਵਿਆਹ ਵਾਸਤੇ ਔਰ ਬੈਂਕ ਦੇ ਲੋਕਰ ਦੇ ਵਿੱਚ ਪਾਈ ਸੀਗੀ ਪਰ ਲੋਕਰ ਦੇ ਵਿੱਚ ਜਿਹੜੇ ਟਰਮਾਈਟਸ ਨੇ ធីਮਕ ਲੱਗੀ ਔਰ ਇਸ ਦੀ ਸਾਰੀ ਜਿਹੜੀ ਹੈ ਟਰਮਾਈਟਸ ਨੇ ਇਸ ਦੇ ਜਿਹੜੇ ਕੈਸ਼ ਨੂੰ ਖਾ ਲਿੱਤਾ ਔਰ ਇਹ ਮੁਰਾਦਾਬਦੀ ਰੈਜ਼ੀਡੈਂਟ ਹੈ ਅਲਕਾ ਪਾਟਕ ਔਰ ਇਸਨੇ ਪਿਛਲੇ ਸਾਲ ਹੀ ਜੇ 8.10 ਲੱਖ ਰੁਪਏ ਲੋਕਰ ਦੇ ਵਿੱਚ ਰੱਖੇ ਸੀਗੇ ਬੈਂਕ ਆਫ ਬੜੋਦਾ ਦੇ ਵਿੱਚ ਬੈਂਕ ਦੇ EMPLOYEES ਨੇ ਇਸ ਨੂੰ ਰੀਸੈਂਟਲੀ ਕੰਟੈਕਟ ਕੀਤਾ ਸੀਗਾ ਕਿਹਾ ਸੀਗਾ ਕਿ ਤੁਸੀਂ ਬੈਂਕ ਵਿੱਚ ਆ ਕੇ ਤੇ ਤੁਸੀਂ ਆਪਣੇ ਲੋਕਰ ਨੂੰ ਰੀਨਿਊ ਕਰਵਾ ਲਓ ਔਰ ਐਗਰੀਮੈਂਟ ਨੂੰ ਔਰ ਇਸ ਦੇ ਨਾਲ-ਨਾਲ ਨੋ ਯਰ ਕਸਟਮਰ ਡਿਟੇਲਸ ਜਿਹੜੀ ਹੈ ਉਸ ਦੀ ਸਾਰੀ ਡਿਟੇਲਸ ਨੂੰ ਦੁਬਾਰਾ ਰਿਫਰੈਸ਼ ਕਰ ਜਾਓ ਜਦੋਂ ਇਸ ਪਾਟਕ ਆਪਣੇ ਲੋਕਰ ਨੂੰ ਉਹਨਾਂ ਨੇ ਖੋਲ੍ਹਿਆ ਤੇ ਦੇਖਿਆ ਕਿ ਸਾਰੇ ਕਰੰਸੀ ਨੋਟਸ ਜਿਹੜੇ ਇੱਥੇ ਰੱਖੇ ਸੀਗੇ ਬੜੀ ਮੁਸ਼ਕਿਲ ਨਾਲ ਬਚਾ ਕੇ ਆਪਣੀ ਬੇਟੀ ਦੇ ਵਾਸਤੇ ਉਹ ਸਾਰੇ ਬਿਲਕੁਲ ਉਹ ਜਿਹੜੇ ਹੈ ਡਸਟ ਬਣ ਚੁੱਕੇ ਸੀਗੇ ਟਰਮਾਈਟ ਅਟੈਕ ਕਰਕੇ ਬੈਂਕ ਅਫੀਸ਼ੀਅਲਸ ਖੁਦ ਬਹੁਤ ਹੈਰਾਨ ਹੋ ਗਏ ਇਸ ਘਟਨਾ ਨੂੰ ਦੇਖ ਕੇ ਔਰ ਜਦੋਂ ਮੈਟਰ ਬਵਾਈਡਲੀ ਰਿਪੋਰਟ ਕੀਤਾ ਗਿਆ ਤੇ ਫਿਰ ਇਹ ਜਿਹੜੀ ਬੈਂਕ ਤੇ ਜਿਹੜੀ ਵੈਬਸਾਈਟ ਹੈਗੀ ਹੈ ਉਸ ਤੇ ਵਿੱਚ ਹਾਲਾਂਕਿ ਕਲੀਅਰਲੀ ਲਿਖਿਆ ਹੋਇਆ ਹੈ ਕਿ ਇਹ ਜਿਹੜਾ ਲਾਇਸੈਂਸ ਦਿੱਤਾ ਜਾ ਰਿਹਾ ਹੈ ਲੋਕਰ ਨੂੰ ਇਸਤੇਮਾਲ ਕਰਨ ਦਾ ਇਹ ਲੈਜਿਟਿਮੇਟ ਪਰਪਸਸਸ ਵਾਸਤੇ ਹੈਗਾ ਜਿਸ ਦੇ ਵਿੱਚ ਤੁਸੀਂ ਆਪਣੇ ਵੈਲਿਊਏਬਲਸ ਰੱਖ ਸਕਦੇ ਹੋ ਜੁਐਲਰੀ ਹੈ ਕੁਝ ਡਾਕੂਮੈਂਟਸ ਹੈਗਾ ਪਰ ਤੁਸੀਂ ਕੈਸ਼ ਯਾ ਕਰੰਸੀ ਇਸ ਦੇ ਵਿੱਚ ਨਹੀਂ ਰੱਖ ਸਕਦੇ ਔਰ ਇਸ ਦੇ ਨਾਲ-ਨਾਲ ਬੈਂਕ ਦੀ ਵੈਬਸਾਈਟ ਤੇ ਇਹ ਵੀ ਹੈ ਕਿ ਜੇ ਲੋਕਰ ਦਾ ਕੋਈ ਕੰਟੈਂਟਸ ਕੁਝ ਵੀ ਤੁਹਾਡੇ ਗਵਾਚਦੇ ਨੇ ਕੋਈ ਲਾਸ ਹੁੰਦਾ ਹੈ ਪਰ ਮੀ ਟਫਟ ਕਰਕੇ ਬਰਗਲਰੀ ਕਰਕੇ ਯਾ ਰੋਬਰੀ ਕਰਕੇ ਤੇ ਬੈਂਕ ਜਿਹੜਾ ਹੈ ਤੁਹਾਨੂੰ 100 ਟਾਈਮਸ ਜਿਹੜਾ ਹੈ ਸੇਫਟੀ ਡਿਪੋਜ਼ਿਟ ਲੋਕਰ ਐਨੂਅਲ ਗ੍ਰੈਂਟ ਦਾ ਉਹ ਦੇਵੇਗਾ ਪਰ ਇਸ ਦੇ ਨਾਲ ਨਾਲ ਜੇ ਫਾਇਰ ਹੋ ਜਾਂਦੀ ਹੈ ਜਾਂ ਬਿਲਡਿੰਗ ਡਿੱਗ ਜਾਂਦੀ ਹੈ ਕੋਈ ਇਸ ਤਰ੍ਹਾਂ ਦਾ ਕੋਈ ਫਰਾਡ ਹੋ ਜਾਂਦਾ ਹੈ ਤਾਂ ਵੀ ਕੰਪਨਸੇਸ਼ਨ ਪ੍ਰੋਵਾਈਡ ਕਰਾਈ ਜਾਂਦੀ ਹੈ ਪਰ ਕਿਉਂਕਿ ਕੈਸ਼ ਚੜਾ ਹੈ ਇਸ ਦੇ ਵਿੱਚ ਨਹੀਂ ਸੀ ਆਂਦਾ ਇਸ ਕਰਕੇ ਉਸ ਦੇ ਵਾਸਤੇ ਬੈਂਕ ਕੋਈ ਵੀ ਸਪੋਰਟ ਨਹੀਂ ਕਰ ਸਕਦਾ ਐਸੇ ਨਾਲ ਹੀ ਜਿਹੜਾ ਰਿਜ਼ਰਵ ਬੈਂਕ ਆਫ ਇੰਡੀਆ ਹੈ ਉਹ ਵੀ ਜਿਹੜੀ ਵੀ ਕੋਈ ਕੈਸ਼ ਹੈ ਉਹਨਾਂ ਨੂੰ ਬੈਂਕ ਲਾਕਰਸ 'ਚ ਰੱਖਣ ਤੋਂ ਉਹਨਾਂ ਨੇ ਮਨਾਈ ਕੀਤੀ ਹੋਈ ਹੈ ਤੇ 18 ਲੱਖ ਰੁਪਿਆ ਇਸ ਔਰਤ ਦਾ ਜਿਹੜਾ ਹੈ ਉਹ ਖਾ ਗਏ ਨੇ ਇਹ ਟਰਮਾਈਟ